ਦੇ ਸਜਣਾ ਸਵਰਨਾ ਸੈਕਸ਼ਨ ਵਿੱਚ ਸਾਡੇ ਨਾਲ ਨੇ ਸਾਡੀ ਬਿਊਟੀ ਐਕਸਪਰਟ ਵੀਨਾ ਗੁਜਰਾਲ ਜੀ। ਵੀਨਾ ਜੀ, ਅੱਜ ਕੱਲ ਲੇਟੈਸਟ ਟ੍ਰੈਂਡ ਚੱਲ ਰਿਹਾ ਹੈ ਮੁੰਡੇ ਕੁੜੀਆਂ ਦੇ ਵਿੱਚ ਹੇਅਰ ਕਲਰਿੰਗ ਕਰਾਉਣ ਦਾ। ਅੱਜ ਅਸੀਂ ਇਹਦੇ ਬਾਰੇ ਹੀ ਤੁਹਾਡੇ ਕੋਲੋਂ ਕੁਝ ਜਾਣਕਾਰੀ ਚਾਹੁੰਦੇ ਹਾਂ। ਸਾਰਿਆਂ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਹੇਅਰ ਕਲਰਿੰਗ ਕਿੰਨੀ ਕੁ ਸੇਫ ਹੈ। ਹੇਅਰ ਕਲਰਿੰਗ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਤੁਹਾਡੀ ਸਕਿਨ ਹੈ ਔਰ ਪਰਸਨ ਟੂ ਪਰਸਨ ਜ਼ਿਆਦਾਤਰ ਜਿਹੜਾ ਡਿਪੈਂਡ ਕਰਦਾ ਕਿ ਕਲਰਿੰਗ ਦੇ ਵਿੱਚ ਕਈਆਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਬਟ ਕਈਆਂ ਦੀ ਜਿਹਨਾਂ ਦੀ ਸਕਿਨ ਸੈਂਸਿਟਿਵ ਹੁੰਦੀ ਹੈ ਉਹਨਾਂ ਵਾਸਤੇ ਨਹੀਂ ਵੀ ਸੇਫ ਹੁੰਦੀ ਹੈ। ਔਰ ਖਾਸ ਕਰਕੇ ਬਹੁਤ ਛੋਟੀ ਯੰਗ ਏਜ ਦੇ ਵਿੱਚ ਮੈਂ ਨਹੀਂ ਕਹਾਂਗੀ ਕਿ ਇੰਨੀ ਜ਼ਿਆਦਾ ਹੇਅਰ ਕਲਰ ਤੁਸੀਂ ਰਿਕਮੈਂਡ ਨਹੀਂ ਕਰਦੇ। ਹਾਂ, ਮੈਂ ਨਹੀਂ ਇੰਨਾ ਰਿਕਮੈਂਡ ਕਰਦੀ ਹਾਂ, ਬਿਕੋਜ਼ ਕੋਈ ਵੀ ਜਿਹੜੇ ਕਲਰ ਨੇ ਉਹ ਸਾਰੇ ਕੈਮੀਕਲ ਬੇਸਡ ਹੁੰਦੇ ਨੇ। ਜਿੰਨੇ ਤੱਕ ਉਹਨਾਂ 'ਚ ਕੈਮੀਕਲ ਨਾ ਹੋਣ, ਕੋਈ ਵੀ ਬਾਲਾਂ 'ਚ ਕਲਰ ਨੂੰ ਬਾਲਾਂ ਦੇ ਓਰਿਜਨਲ ਕਲਰ ਨੂੰ ਚੇਂਜ ਨਹੀਂ ਕਰ ਸਕਦਾ। ਸੋ ਉਹਦੇ ਵਿੱਚ ਜ਼ਿਆਦਾਤਰ ਤਾਂ ਇਹੀ ਹੋਣਾ ਚਾਹੀਦਾ ਕਿ ਜਿੰਨਾ ਅਸੀਂ ਉਸ ਕਲਰ ਨੂੰ ਅਵੋਇਡ ਕਰ ਸਕੀਏ ਅਵੋਇਡ ਕਰੀਏ। ਔਰ ਜਦੋਂ ਸਾਨੂੰ ਜ਼ਰੂਰੀ ਹੈ ਕਿ ਉਹਦੇ 'ਚ ਤੁਸੀਂ ਆਪਣਾ ਸਕਿਨ ਟੈਸਟ ਵਗੈਰਾ ਪੈਚ ਟੈਸਟ ਕਰਕੇ ਉਹਦੇ 'ਚ ਹੁੰਦਾ, ਤੁਸੀਂ ਐਲਬੋ ਦੇ ਇਨ ਸਾਈਡ 'ਤੇ ਜਾਂ ਕੰਨ ਦੇ ਪਿੱਛੇ ਆਪਣਾ ਕਲਰ ਦੇ ਵਿੱਚ ਡਿਵੈਲਪਰ ਨੂੰ ਮਿਕਸ ਕਰਕੇ ਔਰ ਉਹਨੂੰ ਕੰਨ ਦੇ ਪਿੱਛੇ ਵੀ ਲਗਾ ਸਕਦੇ ਹਾਂ ਅਤੇ 48 ਆਵਰਸ ਤੁਸੀਂ ਵੇਟ ਕਰੋ। ਔਰ ਉਸ ਤੋਂ ਬਾਅਦ ਤੁਹਾਡੀ ਸਕਿਨ 'ਤੇ ਕੋਈ ਵੀ ਅਗਰ ਐਲਰਜੀ ਨਹੀਂ ਹੁੰਦੀ ਹੈ ਤਾਂ ਤੁਸੀਂ ਕਲਰ ਕਰ ਸਕਦੇ ਹਾਂ। ਵੀਨਾ ਜੀ, ਇਹ ਤਾਂ ਤੁਸੀਂ ਦੱਸੇ ਕਿ ਹੇਅਰ ਕਲਰ ਕਰਾਉਣ ਤੋਂ ਪਹਿਲੇ ਕੀ ਕੀ ਪ੍ਰਿਕੋਸ਼ਨ ਹੋਣੇ ਚਾਹੀਦੇ, ਜਿਵੇਂ ਸਕਿਨ ਟੈਸਟ ਹੈ। ਲੇਕਿਨ ਅਗਰ ਹੁਣ ਕਿਸੇ ਨੇ ਕਲਰ ਕਰਾ ਲਿਆ ਔਰ ਕਲਰ ਕਰਾਉਣ ਤੋਂ ਬਾਅਦ ਉਹਨਾਂ ਨੂੰ ਸਕਿਨ ਦੇ ਉੱਤੇ ਐਲਰਜੀਜ਼ ਹੋ ਗਏ ਨੇ ਅਤੇ ਕੀ ਕਰਨਾ ਚਾਹੀਦਾ? ਸਕਿਨ ਦੇ ਅਗਰ ਉੱਤੇ ਉਹਨਾਂ ਨੂੰ ਬੜੀ ਕੋਈ ਸਵੇਅਰ ਐਲਰਜੀ ਹੋ ਗਈ ਹੈ ਤਾਂ ਉਹਨਾਂ ਨੂੰ ਇਮੀਜੀਏਟਲੀ ਡਾਕਟਰ ਕੋਲ ਜਾਣਾ ਚਾਹੀਦਾ। ਔਰ ਜਿਸ ਵੀ ਅਗਰ ਕੋਈ ਸੈਲੂਨ ਦੇ ਵਿੱਚੋਂ ਕਰ ਰਹੇ ਨੇ ਤਾਂ ਬਿਊਟੀਸ਼ੀਅਨ ਨੂੰ ਰਿਕਮੈਂਡ ਕਰਨਾ ਚਾਹੀਦਾ ਕਿ ਤੁਸੀਂ ਇਮੀਜੀਏਟਲੀ ਡਾਕਟਰ ਦੇ ਕੋਲ ਜਾਓ, ਕਲੀਨਿਕਲੀ ਹੈਲਪ ਲੈਣੀ। ਹਾਂ, ਕਲੀਨਿਕਲੀ ਜ਼ਿਆਦਾ ਹੈਲਪ ਲੈਣੀ ਚਾਹੀਦੀ। ਔਰ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਆਪਣੇ ਆਪ ਵੀ ਘਰ ਦੇ ਵਿੱਚ ਤੁਹਾਨੂੰ ਲੱਗਦਾ ਥੋੜ੍ਹੀ ਜਿਹੀ ਹਲਕੀ ਜਿਹੀ ਐਲਰਜੀ ਜਾਂ ਕੋਈ ਖਾਰਿਸ਼ ਜਾਂ ਧੱਫੜ ਜੇ ਪੈ ਰਿਹਾ ਤਾਂ ਤੁਸੀਂ ਸਿਟਰਾਜਨ ਵਗੈਰਾ ਟੈਬਲੇਟ ਲੈ ਸਕਦੇ ਹਾਂ। ਈਜ਼ੀਲੀ ਅਵੇਲੇਬਲ, ਈਜ਼ੀਲੀ, ਹਾਂ, ਹਰ ਕਾਊਂਟਰ 'ਤੇ ਅਵੇਲੇਬਲ ਹੈ, ਤੁਸੀਂ ਉਹ ਲੈ ਸਕਦੇ ਹੋ। ਸਾਡੇ ਕੁਛ ਦਰਸ਼ਕ ਸ਼ੁਰੂ ਤੋਂ ਮਹਿੰਦੀ ਯੂਜ਼ ਕਰਦੇ, ਹੁਣ ਉਹਨਾਂ ਨੇ ਹੇਅਰ ਕਲਰ ਕਰਾ ਲਿਆ, ਨਾਓ ਦੇ ਆਰ ਅ ਲਿਟਲ ਕਨਫਿਊਜ਼ਡ ਕਿ ਅਗਰ ਹੇਅਰ ਕਲਰ ਕਰਾਉਣ ਤੋਂ ਬਾਅਦ ਉਹ ਫਿਰ ਹਿਨਾ ਫਿਰ ਮਹਿੰਦੀ ਲਗਾਉਣਗੇ ਵਾਲਾਂ ਦੇ ਵਿੱਚ ਤਾਂ ਉਹਨਾਂ ਦੇ ਵਾਲਾਂ ਦਾ ਕਲਰ ਕੀ ਚੇਂਜ ਹੋ ਜਾਏਗਾ ਜਾਂ ਉਹ ਲਗਾ ਸਕਦੇ ਨੇ? ਦੇਖੋ, ਇਹਦੇ 'ਚ ਡਿੰਪਲ ਜੀ ਇਸ ਤਰ੍ਹਾਂ ਹੈਗਾ ਕਿ ਜਿਹੜੇ ਅਤੇ ਅਗਰ ਉਹਨਾਂ ਨੇ ਕੋਈ ਬਲੈਕ ਕਲਰ ਕੀਤਾ, ਡਾਰਕ ਕਲਰ ਹੈ ਜਾਂ ਕੋਈ ਡਾਰਕ ਬਰਾਊਨ ਹੈ ਜੀ, ਉਹਦੇ 'ਤੇ ਅਗਰ ਤੁਸੀਂ ਦੁਬਾਰਾ ਮਹਿੰਦੀ ਕਰਦੇ ਹੋ ਤਾਂ ਇੱਕ ਕੰਡੀਸ਼ਨਰ ਦੀ ਤਰ੍ਹਾਂ ਤੁਹਾਡੇ ਵਾਲਾਂ 'ਤੇ ਕੰਮ ਕਰਦਾ, ਹੈਲਪ ਕਰਦਾ, ਮੀਨਸ ਕੰਡੀਸ਼ਨਿੰਗ ਹੋ ਜਾਂਦੀ। ਬਿਲਕੁਲ। ਔਰ ਅਗਰ ਤੁਸੀਂ ਕੋਈ ਹਾਈਲਾਈਟਸ ਕੀਤੇ ਹੋਏ ਵਾਲ ਨੇ ਜਾਂ ਲਾਈਟ ਕੋਈ ਬਲੌਂਡ ਹੇਅਰਸ ਨੇ, ਲਾਈਟ ਕਲਰਸ ਦੇ ਵਾਲ ਨੇ, ਤਾਂ ਉਹਦੇ ਵਿੱਚ ਫਿਰ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਹਾਈਲਾਈਟਸ ਪਾਰਟ ਜਿਹੜਾ ਕਿ ਲਾਈਟ ਪਾਰਟ ਹੈਗਾ ਵਾਲਾਂ ਦਾ, ਜਿਹੜਾ ਤਾਂ ਡਾਰਕ ਹੈ ਉਹਦੇ 'ਤੇ ਮਹਿੰਦੀ ਦਾ ਇੰਨਾ ਕਲਰ ਨਹੀਂ ਆਏਗਾ, ਬਟ ਜਿਹੜਾ ਲਾਈਟ ਪਾਰਟ ਹੈ ਉਹਦੇ 'ਤੇ ਉਹਦੀ ਰੈਡਿਸ਼ ਟੋਨ ਜਿਹੜੀ ਮਹਿੰਦੀ ਦੀ ਹੈ ਉਹ ਆ ਜਾਂਦੀ ਹੈ। ਸੋ ਉਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਕਲਰ ਕੀਤਾ ਹੋਇਆ ਆਲਰੇਡੀ ਪਹਿਲੇ, ਜਾਂ ਉਹਨਾਂ ਦਾ ਕਿਸ ਤਰ੍ਹਾਂ ਉਹ ਹੁਣ ਚਾਹੁੰਦੇ ਨੇ, ਉਹਦੇ ਅਕੋਰਡਿੰਗਲੀ ਉਹ ਦੇਖ ਕੇ ਆਪਣੇ ਵਾਲਾਂ ਦਾ ਕਲਰ ਕਰ ਸਕਦੇ ਔਰ ਹਿਨਾ ਵੀ ਯੂਜ਼ ਕਰ ਸਕਦੇ ਉਸ ਦਾ। ਵੀਨਾ ਜੀ, ਇੱਕ ਕੁਐਸਚਨ ਜਿਹੜਾ ਮੈਂ ਖਾਸ ਤੌਰ 'ਤੇ ਪੁੱਛਣਾ ਚਾਹੁੰਦੀ ਹਾਂ, ਆਮ ਵੈਰੀ ਕਨਫਿਊਜ਼ਡ ਅਬਾਊਟ ਇਟ, ਕਿ ਮਾਰਕੀਟ ਦੇ ਵਿੱਚ ਅੱਜ ਕੱਲ੍ਹ ਇੰਨੇ ਖੂਬਸੂਰਤ ਫੈਸ਼ਨ ਕਲਰਸ ਆ ਰਹੇ ਕਿ ਇੱਕ ਵਾਰ ਵਾਲਾਂ ਦੇ ਕਲਰ ਕਰਾਉਣ ਤੋਂ ਬਾਅਦ ਦਿਲ ਕਰਦਾ ਜਦ ਨਵਾਂ ਕਲਰ ਆਉਂਦਾ ਕਿ ਉਹ ਵੀ ਕਰਾ ਲਓ। ਲੇਕਿਨ ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕਿੰਨੇ ਸੇਫ ਨੇ, ਕਿੰਨੇ ਕਿੰਨੇ ਟਾਈਮ ਬਾਅਦ ਸਾਨੂੰ ਹੇਅਰ ਕਲਰ ਕਰਾਉਣਾ ਚਾਹੀਦਾ ਕਿ ਵਾਲ ਖਰਾਬ ਨਾ ਹੋਣ? ਇਹ ਡਿਪੈਂਡ ਕਰਦਾ ਹੁੰਦਾ ਕਿ ਤੁਹਾਡੀਆਂ ਰੂਟਸ ਜਿਹੜੀਆਂ ਨੀਚਿਓਂ ਆਉਂਦੀਆਂ ਨੇ ਨਾ ਉਹ ਕਿੰਨੀਆਂ ਫਾਸਟ ਆਉਂਦੀਆਂ ਨੇ। ਕਈਆਂ ਦਾ ਜਿਹੜਾ ਹੁੰਦਾ ਰੂਟਸ ਬੜੀਆਂ ਫਾਸਟ, ਜਿੱਦਾਂ ਹਫ਼ਤੇ ਬਾਅਦ ਅਗਰ ਰੂਟਸ ਦੇ ਵਿੱਚ ਅਲੱਗ ਕਲਰ ਆ ਗਿਆ, ਅਲੱਗ ਸ਼ੇਡ ਆ ਗਿਆ, ਜਾਂ ਕਈ ਵਾਰੀ ਹੁੰਦਾ 15 ਦਿਨ ਬਾਅਦ ਆ ਗਿਆ। ਸੋ ਇਹਦੇ 'ਤੇ ਡਿਪੈਂਡ ਕਰਦਾ ਤੁਹਾਡੇ ਨਵੀਂ ਗਰੋਥ 'ਤੇ ਕਿ ਤੁਹਾਡਾ ਪਹਿਲੇ ਦਾ ਅਗਰ ਬਰਾਊਨ ਕਲਰ ਹੈ ਤਾਂ ਨੀਚੋਂ ਤੁਹਾਡੀ ਅਗਰ ਨੈਚੁਰਲ ਜਿਹੜਾ ਪਹਿਲਾ ਸ਼ੇਡ ਸੀ ਤੁਹਾਡਾ ਆਪਣਾ ਵਰਜਨ ਜਿਹਨੂੰ ਅਸੀਂ ਹੇਅਰਸ ਕਹਿੰਦੇ, ਜਦੋਂ ਸਟਾਰਟਿੰਗ ਦੇ ਵਿੱਚ ਤੁਹਾਡੇ ਹੇਅਰਸ ਨੀਚੋਂ ਆਉਂਦੇ ਨੇ, ਉਹਦੇ ਵਿੱਚ ਇਹ ਦੇਖਣਾ ਹੁੰਦਾ ਸੀ ਕਿ ਤੁਹਾਡੀ ਨੀਚੇ ਜਿਹੜੀ ਗਰੋਥ ਆ ਰਹੀ ਉਹ ਕਿਸ ਕਲਰ ਦੀ ਆ ਰਹੀ ਹੈ, ਉਹਦੇ ਅਕੋਰਡਿੰਗਲੀ ਫਿਰ ਤੁਸੀਂ ਆਪਣਾ ਜਿਹੜਾ ਕਲਰ ਹੈ ਉਹ ਤੁਸੀਂ ਦੁਬਾਰਾ ਕਰ ਸਕਦੇ ਹੋ ਜਿੰਨੀ ਕੁ ਤੁਹਾਡੀ ਡਿਮਾਂਡ ਹੈ, ਜਿੰਨਾ ਕੁ ਤੁਸੀਂ ਚਾਹੁੰਦੇ ਹੋ ਕਿ ਵੀ ਜੇ ਤੁਹਾਨੂੰ ਨਹੀਂ ਬੁਰਾ ਲੱਗ ਰਿਹਾ, ਤੁਹਾਨੂੰ ਲੱਗ ਰਿਹਾ ਕਿ ਨਹੀਂ ਮੈਨੂੰ ਇਸ ਟਾਈਮ ਠੀਕ ਹੈ। ਪਰ ਅਗਰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸਿਆ ਕਿ 2 ਸ਼ੇਡ ਲਾਈਟਰ ਜਾਂ 2 ਸ਼ੇਡ ਡਾਰਕਰ ਤੁਸੀਂ ਉਹ ਤੁਸੀਂ ਐਨੀ ਟਾਈਮ ਜਦੋਂ ਵੀ ਤੁਹਾਡੇ ਰੂਟਸ ਨਵੀਆਂ ਨੇ ਤੁਸੀਂ ਚੇਂਜ ਕਰ ਸਕਦੇ। ਅਤੇ ਵੀਨਾ ਜੀ, ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ ਕਿ ਅੱਜ ਕੱਲ੍ਹ ਫੈਸ਼ਨ ਕਲਰ ਵਿੱਚ ਲੇਟੈਸਟ ਕਲਰਸ ਕਿਹੜੇ ਚੱਲ ਰਹੇ? ਲੇਟੈਸਟ ਕਲਰ ਇੱਦਾਂ ਹੈਗਾ ਕਿ ਇੰਡੀਅਨ ਫੇਸਿਸ 'ਤੇ ਮੋਸਟਲੀ ਜਿੱਦਾਂ ਮੋਹਾਗਨੀ ਹੋ ਗਏ, ਬਰਗੰਡੀ ਹੋ ਗਏ,
दैन मोविश कलर जोड़े है और फिर ब्राउनस के बड़े चलते हैं, पर अजकल तो हम टीनेजर्स कुड़िया जड़िया ने काफ़ी ब्लॉन्ड तक भी आने की कोशिश कर रही ने, जिस तरह थोड़े तो वाल है ने। सो डिपेंड करता थोड़ा कंपलैक्शन के उपर या किस तरह, मेरे ख्याल से हमेशा अपनी परसनैलिटी या अपनी कंपलैक्शन या जिस तरह का थोड़ा काम है उन्होंने देखते हुए तुम हमेशा कलर कराना चाहिए कि तुम्हें की सूट करना है, तुम वो कराओ। वीना जी, हेयर कलरिंग बारे तुसी इन्नी इन्फॉर्मेशन सानू दित्ती कि सानू हेयर कलर कराते टाइम की प्रिकॉशनस वरतने चाहिए ने और अजकल केड़े केड़े लेटेस्ट ट्रेंड्स के कलर्स चल रहे हैं, ये थोड़ा बहुत बहुत धन्यवाद। थैंक यू।